हेलो दोस्तों, इटली वाले वीरां लई वीडियो आ जिहड़े यूरोप आना चाहुंदे आ। 9 महीने वाले पेपर जिहड़े 2019 दे विच खुल्ले सी, ओह बहुत सारे वीरां दे कमेंट आ रहे आ, ओह पेपर निकलूंगे जां नहीं निकलूंगे, की उहनां दी पोजीशन आ, ओह वीडियो दे विच असीं क्लीयर करांगे। ते इक गल करांगे वी जिहड़े आ जिहड़े हुण पेपर खुल्ले सीगे जां फिर हुण जिहड़े 2021 दे विच पेपर खुल्लणे आ जां नहीं खुल्लणे, की अपडेट आ। ਤੇ ਕੁਛ ਇੱਕ ਦੋ ਵੀਰਾਂ ਨੇ ਕਮੈਂਟਾਂ ਦੇ ਵਿੱਚ ਕਮੈਂਟ ਕੀਤੇ ਸੀ ਕੁਛ ਪੁੱਛਣੇ ਨੂੰ, ਉਹ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਟਰਾਈ ਕਰਾਂਗੇ ਜਿੰਨੀ ਕੁ ਸਾਨੂੰ ਨੌਲੇਜ ਆਈ ਆ, ਅਪਡੇਟ ਆਈ ਆ। ਸੋ ਵੀਡੀਓ ਪੂਰੀ ਦੇਖਿਆ ਕਰੋ, ਵੀਡੀਓ ਪੂਰੀ ਦੇਖ ਕੇ ਜੇ ਤੁਸੀਂ ਪੂਰੀ ਦੇਖ ਲਉਂਗੇ, ਤੁਸੀਂ ਜਿਹੜੇ ਥੱਲੇ ਕਮੈਂਟਾਂ ਦੇ ਵਿੱਚ ਸਵਾਲ ਪੁੱਛਦੇ ਆ ਜਾਂ ਉਹ ਕੁਛ ਗੱਲਾਂ ਪੁੱਛਦੇ ਆ, ਉਸ ਵੀਡੀਓ ਦੇ ਵਿੱਚ ਹੀ ਦੱਸੀਆਂ ਹੁੰਦੀਆਂ ਆ। ਮੈਂ ਇੱਕ ਵਾਰੀ ਫੇਰ ਕਹਿੰਦਾ ਵੀ ਤੁਸੀਂ ਵੀਡੀਓ ਪੂਰੀ ਐਂਡ ਤੱਕ ਦੇਖਿਆ ਕਰੋ, ਤੁਸੀਂ ਮਾੜੀ ਜਿਹੀ ਵੀ ਜਾਂ ਫਿਰ ਉਹ ਵੀਡੀਓ ਨੂੰ ਅੱਗੇ ਕਰ ਦਿੰਦੇ, ਜਿਹੜਾ ਤੁਹਾਡਾ ਹੋ ਸਕਦਾ ਜਿਹੜਾ ਤੁਹਾਨੂੰ ਸਵਾਲ ਦੀ ਲੋੜ ਹੋਵੇ ਉਸ ਵੀਡੀਓ ਦੇ ਵਿੱਚ ਉਨੇ ਜਗ੍ਹਾ ਦੇ ਵਿੱਚ ਹੀ ਹੋਵੇ, ਹੈ ਨਾ। ਸੋ ਵੀਡੀਓ ਪੂਰੀ ਦੇਖਿਆ ਕਰੋ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਸੋ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲਾਂ ਅਸੀਂ ਅੱਜ ਗੱਲ ਕਰਦੇ ਹਾਂ ਜਿਹੜੇ ਆ 2019 ਦੇ ਵਿੱਚ ਪੇਪਰ ਖੁੱਲ੍ਹੇ ਸੀਗੇ, 9 ਮਹੀਨੇ ਵਾਲੇ ਜਾਂ ਫਿਰ ਸਾਲ ਵਾਲੇ ਕੋਈ ਵੀ, ਉਹ ਕਿੱਦਾਂ ਨਿਕਲੂਗੇ ਜਾਂ ਨਹੀਂ ਨਿਕਲੂਗੇ, ਉਹਨਾਂ ਦੀ ਕੀ ਅਪਡੇਟ ਵਾ, ਬਹੁਤ ਸਾਰੇ ਕਮੈਂਟ ਆ ਰਹੇ ਸੀਗੇ। ਸੋ ਇਹ ਦੱਸਣਾ ਬਹੁਤ ਜ਼ਰੂਰੀ ਹੋ ਗਿਆ ਸੀਗਾ। ਮੈਂ ਕਿਹਾ ਸੋਚਿਆ ਵੀ ਮੈਂ ਸਾਰਿਆਂ ਨੂੰ ਮੈਂ ਕਮੈਂਟ ਦੇ ਵਿੱਚ ਕੀ ਰਿਪਲਾਈ ਇੱਕੋ ਹੀ ਕਰੀ ਜਾਵਾਂ। ਸੋ ਮੈਂ ਕਿਹਾ ਵੀਡੀਓ ਪਾ ਦਿੰਦੇ ਹਾਂ ਅਤੇ ਇਹਦੇ ਵਿੱਚ ਵੀਡੀਓ ਦੇ ਵਿੱਚ ਇਸ ਦੇ ਵਿੱਚ ਇਹ ਵੀ ਮੁੱਦਾ ਰੱਖ ਦਿੰਦੇ ਹਾਂ। ਸੋ ਮੇਰੇ ਵੀਰਿਓ, ਜਿਨ੍ਹਾਂ ਨੇ 2019 ਦੇ ਵਿੱਚ ਭਰੇ ਸੀਗੇ ਪੇਪਰ, ਅਸੀਂ ਵੀ ਇੱਕ ਦੋ ਬੰਦਿਆਂ ਦੇ ਜਿੱਦਾਂ ਭਰਾਏ ਸੀਗੇ ਜਿਹੜੇ ਸਾਡੇ ਰਿਸ਼ਤੇਦਾਰ ਸੀਗੇ, ਅਤੇ ਉਹਨਾਂ ਦੇ ਉਹ ਮੈਂ ਤੁਹਾਨੂੰ ਦੱਸਦਾ। ਜਿਹੜੇ 2019 ਦੇ ਵਿੱਚ ਪੇਪਰ ਭਰੇ ਸੀਗੇ ਉਹ ਕਰੋਨਾ ਵਾਇਰਸ ਦੇ ਕਰਕੇ, ਉਹ ਜਿਹੜੇ ਜਿੱਦਾਂ ਕੋਈ ਵੀ ਚੀਜ਼ ਆ ਜਿਹੜੀ, ਹੁਣ ਕਰੋਨਾ ਵਾਇਰਸ ਬਹੁਤ ਸਾਰੀ ਦੁਨੀਆ 'ਤੇ ਭਾਰੂ ਪੈ ਗਿਆ ਸੀਗਾ, ਉਹ ਜਿਹੜੇ 2019 ਦੇ ਪੇਪਰ ਆ ਉਹ ਤਾਂ ਇੱਕ ਕਿਸਮ ਦੇ ਲੁਕ ਗਏ ਆ, ਉਹਨਾਂ ਦੀ ਨਾ ਕਿਸੇ ਨੇ ਕੋਈ ਜ਼ਿਕਰ ਕੀਤਾ, ਕਿਉਂਕਿ ਜਿਸ ਸਾਲ ਦੇ ਵਿੱਚ ਇਹਨਾਂ ਦਾ ਜ਼ਿਕਰ ਹੋਣਾ ਸੀਗਾ, ਪੇਪਰ ਨਿਕਲਣੇ ਸੀਗੇ 2020 ਦੇ ਵਿੱਚ ਨਿਕਲਣੇ ਸੀਗੇ, ਉਹ ਤਾਂ ਸਾਰੇ ਲੋਕ ਘਰਾਂ ਦੇ ਵਿੱਚ ਬੰਦ ਸੀਗੇ। ਸੋ ਇਸ ਕਰਕੇ ਮੇਰੇ ਭਰਾਵੋ, ਹੋਰ ਮੈਂ ਇਹ ਨਹੀਂ ਕਹਿੰਦਾ ਵੀ ਨਿਕਲਣੇ ਹੀ ਨਹੀਂ ਆ, ਹੋ ਸਕਦਾ ਆ ਨਿਕਲਿਆ ਕਿਸੇ ਬੀਟ ਦੇ ਮੈਂ ਕਹਿੰਦਾ, ਜਾਣੀ ਕਿ ਮੈਂ ਇਹ ਨਹੀਂ ਕਹਿੰਦਾ ਵੀ ਸਾਰਿਆਂ ਦੇ ਨਿਕਲਣੇ ਆ ਜਾਂ 100 ਦੇ ਵਿੱਚੋਂ 1% ਨਿਕਲ ਆਊਗੇ ਕਿਸੇ ਦੇ, ਜਿਹਦੀ ਬਾਹਲੀ ਕਿਸਮਤ ਵਧੀਆ ਹੋਊਗੀ, ਹੈ ਨਾ। ਸੋ ਜੇ ਉਹ ਪੇਪਰ ਉਹਨੀ 2019 ਵਾਲੇ ਕੱਢਣੇ ਹੁੰਦੇ, ਫਿਰ ਉਹਨੀ 2020 ਦੇ ਵਿੱਚ ਜਿਹੜੇ 2020 ਦੇ ਵਿੱਚ ਪੇਪਰ ਨਹੀਂ ਸੀ ਖੋਲ੍ਹਣੇ, ਉਹ 2020 ਤੋਂ ਬਾਅਦ 2019 ਤੋਂ ਬਾਅਦ 'ਚ ਜਿਹੜੇ 20 ਦੇ ਵਿੱਚ ਪੇਪਰ ਖੁੱਲ੍ਹੇ, ਹੁਣ ਸਾਰਿਆਂ ਦੀਆਂ ਜਿਹੜੀਆਂ ਨਿਗਾਹ ਗੌਰਮੈਂਟ ਦੀ ਆ, ਗੱਲ ਇਹੀ 2020 ਵਾਲੇ ਪੇਪਰਾਂ ਦੀ ਚੱਲ ਰਹੀ ਆ, ਨਾ ਕਿ 2019 ਵਾਲਿਆਂ ਦੀ, ਨਾ ਕਿ 2018 ਵਾਲਿਆਂ ਦੀ, ਹੈ ਨਾ। ਸੋ ਮੈਂ ਇਹ ਚਾਹੁੰਦਾ ਵੀ ਤੁਹਾਡਾ ਜਿਹੜਾ ਟਾਈਮ ਆ 2000 ਜਿਹੜਾ ਫੋਕਸ ਵਾ, ਟਾਈਮ ਬਹੁਤ ਕੀਮਤੀ ਆ, ਜਿਹੜਾ ਤੁਸੀਂ ਹੁਣ ਜਿਹੜਾ ਫੋਕਸ ਵਾ 2019 ਦੇ ਪੇਪਰਾਂ 'ਤੇ ਮੇਰੇ ਵੀਰੋ ਨਾ ਲਾਵੋ। ਜੇ ਨਿਕਲਿਆ ਉਹ ਗੱਲ ਵੱਖਰੀ ਆ, ਤੁਹਾਡੀ ਕਿਸਮਤ ਵਾ ਆ ਜਿਓ, ਬਹੁਤ ਵਧੀਆ ਗੱਲ ਆ, ਰੱਬ ਕਰੇ ਸਾਰਿਆਂ ਦੇ ਨਿਕਲਿਆ। ਪਰ ਮੈਂ ਇਹ ਚਾਹੁੰਦਾ ਵੀ ਜਿਹੜਾ ਫੋਕਸ ਆ ਤੁਹਾਡਾ, ਜਾਂ ਫਿਰ ਜਿਸ ਤੁਸੀਂ ਕਿਸੇ ਬੰਦੇ ਤੋਂ ਭਰਾਇਓ ਆ, ਉਹ ਤੁਹਾਨੂੰ ਸਿਰਫ ਉਹੀ ਬੰਦਾ ਕਹੂਗਾ ਵੀ ਪੇਪਰ ਨਿਕਲਿਆ ਨੇ ਵੇਟ ਕਰੋ, ਜਿਨ੍ਹਾਂ ਨੇ ਤੁਹਾਡੇ ਤੋਂ ਪੈਸੇ ਲਏ ਆ ਜਾਂ ਫਿਰ 1,00,000 ਰੁਪਈਆ ਲਿਆ, 2,00,000 ਰੁਪਈਆ ਲਿਆ, ਉਹ ਤੁਹਾਨੂੰ ਕਹਿਣਗੇ ਵੀ ਹਾਂ ਵੇਟ ਕਰੋ ਪੇਪਰ ਨਿਕਲਿਆ ਨੇ। ਉਹ ਤਾਂ ਕਹਿਣਗੇ ਕਿਉਂਕਿ ਜੇ ਉਹਨੇ ਕਹਿਤਾ ਵੀ ਨਹੀਂ ਪੇਪਰ ਨਿਕਲਣੇ, ਉਹਨਾਂ ਨੂੰ ਉਹ ਜਿਹੜੇ ਪੈਸੇ ਆ ਵਾਪਸ ਕਰਨੇ ਪੈਣੇ ਆ, ਕੋਈ ਵੀ ਆਪਣੀ ਜੇਬ ਦੇ ਵਿੱਚ ਪੈਸਾ ਆਇਆ ਵਾਪਸ ਨਹੀਂ ਕਰਦਾ ਹੁੰਦਾ। ਇਹ ਮੈਂ ਤੁਹਾਨੂੰ ਕਹਿੰਦਾ ਵੀ ਜਿਨ੍ਹਾਂ ਨੇ ਪੈਸੇ ਜ਼ਿਆਦਾ ਦਿੱਤੇ ਆ ਉਹ ਪੈਸੇ ਵਾਪਸ ਕਰਾਉਣੇ ਦੀ ਟਰਾਈ ਕਰੋ, ਆਪਣੀ ਲਾਈਫ ਦੇ ਵਿੱਚ ਅੱਗੇ ਵਧਣੇ ਦੀ ਟਰਾਈ ਕਰੋ, ਕੋਈ ਹੋਰ ਕੰਮ ਦੇਖੋ, ਕੋਈ ਹੋਰ ਹੀਲਾ ਵਸੀਲਾ ਲੱਭੋ ਯੂਰਪ ਆਉਣ ਦਾ, ਜੇ ਤੁਸੀਂ ਯੂਰਪ ਹੀ ਆਉਣਾ ਚਾਹੁੰਦੇ ਆ। ਸੋ 2019 ਦੇ ਮੈਂ ਤਾਂ ਇਹੀ ਸਾਰਿਆਂ ਨੂੰ ਚਾਹੂੰਗਾ ਵੀ 2019 ਦੇ ਜਿਹੜੇ ਆ ਪੇਪਰ, ਉਹਨਾਂ 'ਤੇ ਸਿਰਫ ਨਾ ਫੋਕਸ ਕੀਤਾ ਜਾਵੇ ਵੀ ਪੇਪਰ ਨਿਕਲਿਆ ਠੀਕ ਆ ਜੀ ਉਹ ਬਹੁਤ ਵਧੀਆ ਗੱਲ ਵਾ ਨਾ, ਪਰ ਜਿੰਨੇ ਪੈਸੇ ਦਿੱਤੇ ਵਾ, ਜੇ ਕਿਸੇ ਨੇ 1,00,000 ਰੁਪਈਆ ਦਿੱਤਾ, 2,00,000 ਰੁਪਈਆ, ਕਿਸੇ ਦੇ ਨਹੀਂ ਘਰ ਹੁੰਦੇ, ਕਿਉਂਕਿ ਜੇ ਆਪਣੇ ਘਰ ਪੈਸੇ ਹੁੰਦੇ ਅਸੀਂ ਕੱਲ੍ਹ ਇੱਥੇ ਧੱਕੇ ਖਾਂਦੇ, ਹੈ ਨਾ, ਸਾਰੇ ਫੜ ਕੇ ਆਉਂਦੇ ਆ ਮੇਰੇ ਭਰਾ, ਸਾਰਿਆਂ ਜਿੱਦਾਂ ਔਖੇ ਹੀ ਆ ਸਾਰੇ, ਹੈ ਨਾ, ਘਰੋਂ ਸ਼ੌਂਕ ਲਈ ਵੀ ਆਉਂਦੇ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ, ਪਰ ਜੇ ਕਿਸੇ ਨੇ ਫੜ ਕੇ ਪੈਸੇ ਦਿੱਤੇ ਹੋ, ਕਿਸੇ ਮੇਰੇ ਵੀਰ ਨੇ ਉਹ ਪੈਸੇ ਲੈ ਕੇ ਆਪਣਾ ਨਵਾਂ ਫਿਊਚਰ ਦੇਖੇ, ਹੈ ਨਾ।
ਬਾਕੀ ਇਟਲੀ ਆਉਣਾ ਜਿਹੜੇ ਪੇਪਰ ਭਰਦੇ ਆ ਉਹਨਾਂ ਲਈ ਸਾਲ ਇੱਕ ਤੁਹਾਨੂੰ ਵੇਟ ਕਰਨੀ ਪੈਂਦੀ ਆ, ਉਹ ਮੈਂ ਉਹਦੇ 'ਤੇ ਇੱਕ ਅਲੱਗ ਵੀਡੀਓ ਬਣਾਊਂਗਾ, ਨਹੀਂ ਤਾਂ ਇਹ ਵੀਡੀਓ ਲੰਮੀ ਹੋ ਜਾਣੀ ਆ ਨਾ। ਸੋ ਇਹ 2019 ਵਾਲੇ ਪੇਪਰ ਸੀਗੇ ਵੀ ਤੁਹਾਨੂੰ ਮੈਨੂੰ ਲੱਗਦਾ ਇਹ ਮੈਸੇਜ ਮਿਲ ਗਿਆ ਹੋਣਾ ਵੀ ਇਹ ਪੇਪਰ ਨਿਕਲਣੇ ਜਾਂ ਨਹੀਂ ਨਿਕਲਣੇ। ਹੁਣ ਅਸੀਂ ਗੱਲ ਕਰਦੇ ਹਾਂ 2021 ਦੇ ਵਿੱਚ ਪੇਪਰ ਕਦੋਂ ਖੁੱਲ੍ਹਣੇ ਆ। ਇਹ ਬਹੁਤ ਕਮੈਂਟ ਆ ਰਹੇ ਆ 2021 ਦੇ ਵਿੱਚ ਭਾਈ ਪੇਪਰ ਕਦੋਂ ਖੁੱਲ੍ਹਣੇ, ਇਹਦੇ ਬਾਰੇ ਕੋਈ ਅਪਡੇਟ ਦਿਓ। ਫਿਲਹਾਲ ਜਿਹੜਾ ਆ ਗੌਰਮੈਂਟ ਵਾ ਦੋ ਕੰਮਾਂ ਦੇ ਵਿੱਚ ਫਸੀ ਹੋ ਆ, ਇੱਕ ਤਾਂ ਕਰੋਨਾ ਵਾਇਰਸ ਦੇ ਵਿੱਚ ਫਸੀ ਹੋ ਆ ਲੋਕਡਾਊਨ ਦੇ ਨਾਲ ਨਾਲ, ਉਹਨਾਂ ਨੂੰ ਜਿਹੜਾ 2020 ਦੇ ਵਿੱਚ ਪੇਪਰ ਖੁੱਲ੍ਹੇ ਹੋ ਸੀਗੇ ਉਹਨਾਂ ਨੂੰ ਵੀ ਲਾਗੂ ਰੱਖਣਾ ਪੈਣਾ ਇਹਨਾਂ ਨੂੰ, ਉਹਦੇ ਵਿੱਚ ਫਸੀ ਹੋ। ਬਹੁਤ ਔਖਾ ਕੰਮ ਇਹਨਾਂ ਲਈ ਕਰਨਾ, ਪਰਖਾ ਤੂਰਿਆਂ ਦੇ ਵਿੱਚ ਇੱਕ ਹੀ ਬੰਦਾ ਇੱਕ ਟਾਈਮ 'ਤੇ ਜਾ ਸਕਦਾ ਆ, ਅਤੇ ਉਹ ਪੌਂਤਾ ਮਿਹਨਤ ਬਹੁਤ ਲੇਟ ਹੋ ਰਹੀਆਂ, ਬਹੁਤ ਕੰਮ ਜ਼ੋਰਾਂ 'ਤੇ ਚੱਲਦਾ, ਜ਼ੋਰਾਂ ਦੇ ਨਾਲ ਨਾਲ ਕੰਮ ਲੇਟ ਵੀ ਹੋ ਰਿਹਾ, ਕਿਉਂਕਿ ਜਦੋਂ ਜਿਹੜੇ ਅਦਾਰੇ ਆ ਉਹਨਾਂ ਦੇ ਵਿੱਚ ਐਂਟਰੀ ਹੀ ਨਹੀਂ ਹੋਣੀ ਫਿਰ ਲੇਟ ਹੀ ਹੋਣਾ। ਸੋ ਜਿਹੜੇ 2021 ਦੇ ਵਿੱਚ ਜਿਹੜੇ ਪੇਪਰ ਖੁੱਲ੍ਹਣੇ ਆ, ਹਜੇ ਤੱਕ ਮੇਰੇ ਭਰਾਵੋ ਨਾ ਗੌਰਮੈਂਟ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਇਸ਼ਾਰਾ ਦਿੱਤਾ ਗਿਆ ਵੀ 2021 ਦੇ ਵਿੱਚ ਸੀਜ਼ਨਲ ਵਰਕ ਵੀਜ਼ੇ ਖੁੱਲੂਗੇ, ਨਾ ਕੋਈ ਉੱਦਾਂ ਕੋਈ ਅਪਡੇਟ ਆਈ ਆ ਕਿਸੇ ਵੀ ਅਖਬਾਰ ਨੇ ਕਿਸੇ ਵੀ ਟੈਲੀਵਿਜ਼ਨ ਨੇ। 2021 ਦੀ ਹਜੇ ਤੱਕ ਕੋਈ ਵੀ ਅਪਡੇਟ ਨਹੀਂ ਦਿੱਤੀ ਵੀ 2021 ਦੇ ਵਿੱਚ ਪੇਪਰ ਖੁੱਲ੍ਹਣੇ ਆ। ਸੋ ਬਹੁਤ ਕਮੈਂਟ ਆ ਰਹੇ ਸੀਗੇ, ਸੋ ਇਹਦੇ ਕਰਕੇ ਮੈਂ ਅੱਜ ਸੋਚਿਆ ਵੀ ਦੋ ਚੀਜ਼ਾਂ 'ਤੇ ਵੀਡੀਓ ਬਣਾਵਾਂ। ਇੱਕ ਹੁਣ ਤੁਹਾਨੂੰ ਮੈਸੇਜ ਹੋ ਗਿਆ ਆ ਵੀ ਜਿਹੜੇ 2019 ਦੇ ਜਿਹੜੇ ਵਰਕ ਵੀਜ਼ੇ ਆ ਉਹ ਪੇਪਰ ਨਿਕਲੂਗੇ ਜਾਂ ਨਹੀਂ ਨਿਕਲੂਗੇ, ਇਹ ਵੀ ਕਲੀਅਰ ਹੋ ਗਿਆ। ਹੁਣ ਇੱਕ ਹੋਰ ਕਲੀਅਰ ਹੋ ਗਿਆ ਵੀ 2021 ਦੇ ਪੇਪਰ ਕਦੋਂ ਖੁੱਲ੍ਹਣੇ ਆ, ਉਹ ਵੀ ਮੇਰੇ ਹਿਸਾਬ ਨਾਲ ਕਲੀਅਰ ਹੋ ਗਿਆ ਹੋਣਾ ਵੀ 2021 ਦੀ ਕਿਸੇ ਵੀ ਟੈਲੀਵਿਜ਼ਨ ਨੇ ਕਿਸੇ ਵੀ ਅਖਬਾਰ ਨੇ ਮੇਰੀ ਨੌਲੇਜ ਦੇ ਵਿੱਚ ਮੇਰੀ ਅਪਡੇਟ ਦੇ ਵਿੱਚ ਇੱਦਾਂ ਦੀ ਕੋਈ ਵੀ ਨਹੀਂ ਹੋਈ ਵੀ ਜਿਹੜਾ ਆਈ ਅਪਡੇਟ ਵੀ ਜਿਹੜਾ ਤੁਹਾਨੂੰ ਮੈਂ ਕਹਿ ਦੇਵਾਂ ਵੀ ਪੇਪਰ ਖੁੱਲ੍ਹਣੇ ਆ। ਜੇ ਹੋਈ ਤਾਂ ਫਿਰ ਵਾਓ ਵਾਲੀ ਗੱਲ ਹੋਣੀ ਆ ਵੀ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ। ਸੋ ਇਹ ਦੋ ਚੀਜ਼ਾਂ ਹੋ ਗਈਆਂ, ਹੁਣ ਵੀ ਉਹ ਜ਼ਿਆਦਾ ਲੰਮੀ ਹੋ ਜਾਣੀ ਆ, ਫਿਰ ਤੁਸੀਂ ਪੂਰੀ ਵੀਡੀਓ ਦੇਖਣੀ ਨਹੀਂ ਮੇਰੇ ਭਰਾਵੋ। ਅਗਲੀ ਵੀਡੀਓ ਦੇ ਮੈਂ ਕੱਲ੍ਹ ਨੂੰ ਸਪੇਅਰ ਨੂੰ ਇਹ ਕਰੂੰਗਾ ਵੀ ਇਟਲੀ ਆਉਣ ਦੇ ਕਿੰਨੇ ਪੈਸੇ ਲੱਗਦੇ ਆ 9 ਮਹੀਨੇ ਵਾਲੇ ਪੇਪਰਾਂ ਦੇ, ਜਾਂ ਫਿਰ ਉੱਦਾਂ ਆਉਣ ਦੇ ਅਤੇ ਕੀ ਹਿਸਾਬ ਕਿਤਾਬ ਆ, ਤੁਹਾਨੂੰ ਆਉਣ ਦਾ ਫਾਇਦਾ ਸੈਲਰੀ ਕਿੰਨੀ ਆ ਜਾਂ ਕਿੱਦਾਂ, ਇਹ ਸਾਰੀਆਂ ਵੀਡੀਓ ਮੈਂ ਕੱਲ੍ਹ ਨੂੰ ਸਵੇਰ ਨੂੰ ਇਹ ਵੀਡੀਓ ਪਾਉਣ ਦੀ ਟਰਾਈ ਕਰੂੰਗਾ। ਸਾਜਰੇ 'ਤੇ ਵੀਡੀਓ ਜ਼ਰੂਰ ਦੇਖਣਾ। ਹਾਂ ਇੱਕ ਵੀਰ ਇੱਕ ਹੋਰ ਬੇਨਤੀ ਸਾਰਿਆਂ ਨੂੰ, ਜਿਹੜੇ ਮੇਰੇ ਵੀਰਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਨਵੇਂ ਆ ਅਤੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਹੈਲਪਫੁੱਲ ਹੋਵਣ। ਸੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ, ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਐਨਰਜੀ ਦਾ ਕੰਮ ਦਿੰਦਾ। ਸੋ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ 'ਚ ਨਵੀਂ ਅਪਡੇਟ ਲੈ ਕੇ। ਧੰਨਵਾਦ ਤੁਹਾਡਾ, ਆਪਣਾ ਜੀ ਐਸ ਢਿੱਲੋਂ।